ਤੇਰਾ ਮੇਰੀ ਅੱਖਾਂ ਦਾ ਤਾਰਾ ਹੁੰਦਾ ਹੈ, ਇਹ ਤਾਂ ਮੇਰਾ ਹੀ ਬੰਦਾ ਹੈ। ਸੁਖਬੀਰ ਬਾਦਲ ਨੂੰ ਨਾਲ ਚੱਕੀ ਫਿਰੇ ਕਰੇ ਕਿ ਜੀ ਮੇਰਾ ਖਾਸ ਬੰਦਾ ਇਹ, ਤੇ ਖਾਸ ਬੰਦੇ ਨੂੰ ਜਦ ਦੇਖਿਆ ਵੀ ਇੱਧਰ ਤਾਂ ਹੁਣ ਦਾਲ ਕਰਦੀ ਨਹੀਂ, ਇੱਧਰ ਤਾਂ ਜਿੱਤਣ ਦੀ ਆਸ ਨਹੀਂ ਹੈ, ਚੱਕ ਕੇ ਆਮ ਆਦਮੀ ਪਾਰਟੀ ਚਲੇ ਗਿਆ। ਚੌਥੀ ਜਗ੍ਹਾ ਆਇਆ ਹੁਣ ਟਕੋਏ ਕੋਈ ਨਹੀਂ ਹੈ। ਕਹਿੰਦੇ ਪਹਿਲਾਂ ਟੀਨੂ ਨੇ ਜੱਟ ਕਰ ਲਿਆ, ਫਿਰ ਕਰ ਲਿਆ ਦਰਜੀ, ਅੱਜ ਕੱਲ ਟੀਨੂ ਪੀਰ ਜਾਦੇ ਨਾਲ, ਕੱਲ ਨੂੰ ਟੀਨੂ ਦੀ ਮਰਜ਼ੀ, ਕੱਲ ਨੂੰ ਪਤਾ ਨਹੀਂ ਕਿੱਥੇ ਜਾਣਾ ਇਹਨੇ। ਅਜਿਹੇ ਲੋਕਾਂ ਨੂੰ ਅਸੀਂ ਵਾਰ ਵਾਰ ਜਿਤਾਈ ਜਾਂਦੇ ਹਾਂ। ਜਿਹੜਾ ਪਿਤਾ ਹੁੰਦਾ ਹੈ ਉਹਨੂੰ ਬੱਚਾ ਦੇਖ ਕੇ ਬੜਾ ਹੁੰਦਾ ਹੈ, ਜੇ ਪਿਤਾ ਗਲਤ ਹੋ ਜਾਵੇ ਤਾਂ ਬੱਚੇ ਵੀ ਪਰ ਵੀ ਅਸਰ ਪੈਂਦਾ, ਜੇ ਲੀਡਰ ਗਲਤ ਹੋ ਜਾਵੇ ਤਾਂ ਸਮਾਜ ਪਰ ਅਸਰ ਪੈਂਦਾ ਪੂਰੇ ਪਰ। ਜਿਹੜੇ ਲੀਡਰ ਦਾ ਆਪਣਾ ਕੋਈ ਕਿਰਦਾਰ ਨਹੀਂ, ਆਪਣਾ ਕੋਈ ਸਟੈਂਡ ਨਹੀਂ, ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ, ਟੀਨੂ ਦਾ ਕੋਈ ਨਹੀਂ ਹੈ, ਤੇ ਜਿਹਦਾ ਕੋਈ ਸਟੈਂਡ ਨਹੀਂ ਹੁੰਦਾ ਫਿਰ ਲੋਕ ਵੀ ਉਹਦੇ ਨਾਲ ਸਟੈਂਡ ਨਹੀਂ ਕਰਦੇ। ਅੱਜ ਅਕਾਲੀ ਦਲ ਚੋਂ ਗਿਆ, ਮੇਰਾ ਖਿਆਲ ਹੈ ਵੀ ਅਕਾਲੀ ਦਲ ਦੇ ਘਰ ਦੇ ਬਾਹਰ ਜਿਹੜਾ ਕੁੱਤਾ ਬੈਠਦਾ ਉਹ ਵੀ ਉਹਦੇ ਨਾਲ ਨਹੀਂ ਗਿਆ, ਬੰਦੇ ਨੇ ਤਾਂ ਜਾਣਾ ਹੀ ਕਿਹਾ ਸੀ, ਕੋਈ ਉਹਦੇ ਨਾਲ ਨਹੀਂ ਗਿਆ। ਨਹੀਂ ਤਾਂ ਪਿੰਡ ਦਾ ਸਰਪੰਚ ਵੀ ਜਾਵੇ ਨਾ ਤਾਂ ਵੀ ਦੋ ਚਾਰ ਪੰਚ ਨਾਲ ਚਲੇ ਜਾਂਦੇ, ਹੋਰ ਨਹੀਂ ਤਾਂ ਗੁਆਂਢੀ ਉਹ ਨਾਲ ਚਲੇ ਜਾਂਦੇ ਵੀ ਚੱਲ ਯਾਰ ਇਹਦੀ ਮਾੜੀ ਮੋਟੀ ਇੱਜ਼ਤ ਰੱਖ ਲਈਏ, ਸਾਡਾ ਗੁਆਂਢੀ ਹੈ। ਇਹਦੇ ਨਾਲ ਕੋਈ ਨਹੀਂ ਗਿਆ ਆਮ ਆਦਮੀ ਪਾਰਟੀ 'ਚ, ਪਰ ਅੱਗੇ ਆਮ ਆਦਮੀ ਵਾਲੇ ਵੀ ਨਹੀਂ ਸੰਭਾਲਦੇ। ਇਹ ਤਾਂ ਉਹ ਹੋ ਗਿਆ ਵੀ ਵਿਆਹ ਕਰਾਇਆ, ਘਰ ਵਾਲੀ ਛੱਡ ਕੇ ਕਿਸੇ ਹੋਰ ਨਾਲ ਚਲੇ ਗਈ, ਨਾਲ ਨਿਆਣਾ ਵੀ ਲੈ ਗਈ, ਉਹ ਅਗਲੇ ਹੁਣ ਸਾਂਭਦੇ ਨੇ ਵੀ ਇਹ ਪਿਛਲਿਆਂ ਦਾ ਨਿਆਣਾ ਹੈ, ਪਿਛਲੇ ਸਾਂਭਦੇ ਨੇ ਵੀ ਸਾਡਾ ਛੱਡ ਕੇ ਚਲੇ ਗਿਆ। ਇਹ ਹਾਲਤ ਅੱਜ ਟੀਨੂ ਦੀ ਹੋਈ ਵੀ ਆ, ਕੋਈ ਪੁੱਛ ਨਹੀਂ ਰਿਹਾ। ਹੁਣੇ ਮੈਨੂੰ MLA ਦਾ ਟੈਲੀਫੋਨ ਆਇਆ ਸ਼ੇਰੋਵਾਲ ਦਾ, ਉਹ ਉੱਧਰ ਕਿਤੇ ਟੀਨੂ ਗਿਆ ਵਾ, ਉਹ ਮੈਨੂੰ ਫੋਟੋਆਂ ਭੇਜ ਰਿਹਾ, ਕਹਿੰਦਾ ਬਾਈ ਜੀ ਕੁਰਸੀਆਂ ਖਾਲੀ ਪਈਆਂ, ਟੀਨੂ ਜੀ ਬੋਲ ਰਹੇ ਕੋਈ ਆਇਆ ਹੀ ਨਹੀਂ ਪਿੰਡ 'ਚੋਂ। ਪਿੰਡਾਂ ਦੇ ਵਿੱਚ ਇਹਨਾਂ ਨੂੰ ਹੁਣ ਭਜਾ ਰਹੇ ਆ, ਕਿਉਂਕਿ ਇਹਨਾਂ ਨੇ ਕਿਸਾਨ ਵੀ ਕੁੱਟੇ ਪਿਛਲੇ ਦਿਨਾਂ 'ਚ, ਦੁਕਾਨਦਾਰਾਂ ਦਾ ਵੀ ਬੁਰਾ ਹਾਲ ਕਰਤਾ ਇਹਨਾਂ ਨੇ, ਕੋਈ ਸੁਣਵਾਈ ਨਹੀਂ ਹੈ। ਇੱਥੇ ਕੱਲ੍ਹ ਮੈਂ ਜਲੰਧਰ 'ਚ ਬੋਲ ਰਿਹਾ ਸੀ, ਇੱਕ ਘਰ ਵਿੱਚ ਇਕੱਠ ਹੋਇਆ ਵਾ, ਇੱਕ ਬੰਦਾ ਕਹਿੰਦਾ ਜੀ ਮੇਰੇ ਘਰ ਚੋਰੀ ਹੋ ਗਈ, ਕੋਈ ਸੁਣਵਾਈ ਨਹੀਂ ਹੈ। ਕਹਿੰਦਾ ਮੇਰੀ ਥੋੜ੍ਹੇ ਦਿਨ ਪਹਿਲਾਂ ਮੇਰਾ ਮੋਟਰਸਾਈਕਲ ਚੱਕਿਆ ਗਿਆ ਅਤੇ ਕਿਸੇ ਨੇ ਕੋਈ ਹੋਰ ਪੁੱਛਿਆ ਹੀ ਨਹੀਂ। ਲੋਕ ਚੈਨਾ ਲਾ ਕੇ ਲੈ ਜਾਂਦੇ ਜਲੰਧਰ ਦੇ ਵਿੱਚ, ਜਿਹੜਾ BJP ਵਾਲਾ ਕੈਂਡੀਡੇਟ ਹੈ ਉਹ ਮਾਫੀਆ ਚਲਾ ਰਹੇ ਹੈ, ਦੜਾ ਸੱਟਾ ਉਹਨਾਂ ਦੇ ਨਾਂ 'ਤੇ ਚੱਲਦਾ ਹੈ, ਲਾਟਰੀ ਦਾ ਕੰਮ ਉਹਨਾਂ ਦੇ ਨਾਮ 'ਤੇ ਚੱਲਦਾ ਹੈ, ਰੇਹੜੀਆਂ ਵਾਲਿਆਂ ਤੋਂ ਪੈਸੇ ਲੈ ਰਹੇ, ਅਜਿਹੇ ਤਾਂ ਸਾਡੇ ਲੀਡਰ ਹੈ, ਫਿਰ ਅੱਗੇ ਸਮਾਜ ਦਾ ਕਿਆ ਬਣੇਗਾ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਤੁਹਾਡੀ ਪਿਆਰ ਕਰਕੇ, ਤੁਸੀਂ ਮੈਨੂੰ ਪਿਛਲੀ ਵਾਰ ਵੀ ਬੁਲਾਉਂਦੇ ਤੇ ਮੈਂ 2.5 ਸਾਲ ਲੇਟ ਹੋ ਗਿਆ, ਵੈਸੇ ਮੈਨੂੰ ਤਾਂ ਪਿਛਲੀ ਵਾਰ ਵੀ ਟਿਕਟ ਦਿੰਦੇ ਸੀ, ਪਰ ਮੈਂ ਸੋਚਿਆ ਵੀ ਇਹਨਾਂ ਦੀ ਕਾਹਨੂੰ ਕਟਾਉਣੀ ਹੈ। ਪਰਮਾਤਮਾ ਦੀ ਉਹ ਕੋਈ ਮੌਜ ਹੁੰਦੀ ਹੈ ਕਿ ਜਦ ਕਿਸੇ ਨੇ ਮਿਲਾਉਣਾ ਉਦੋਂ ਹੀ ਮਿਲਾਉਂਦੇ ਹੈ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜੇ ਕੋਈ ਕਹੇ ਕਿ ਜੀ ਇਹਨੇ ਭੱਜ ਜਾਣਾ, ਮੈਂ ਇੱਥੇ ਹੀ ਰਹਿਣਾ ਤੁਹਾਡੇ ਕੋਲ, ਜਾਂ ਤੁਸੀਂ ਮੈਨੂੰ ਜਿਤਾ ਦੇਣਾ ਮੈਂ ਤੁਹਾਡੇ ਕੋਲ ਹੀ ਰਹਿਣਾ, ਮੈਨੂੰ ਮਕਾਨ ਮਕੂਨ ਦੇਖ ਦਿਓ, ਮੈਂ ਉਰੀ ਰਹਾਂਗਾ, ਜਾਂਦਾ ਨਹੀਂ, ਇਹ ਤੁਹਾਡੇ ਨਾਲ ਵਿਸ਼ਵਾਸ ਕਰਦਾ। ਇਹ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਪਹਿਲਾਂ ਚਮਕੌਰ ਸਾਹਿਬ ਤੋਂ MLA ਬਣਿਆ, ਪਹਿਲਾਂ ਮੈਂ ਖਰੜ ਰਹਿੰਦਾ ਸੀ ਅਤੇ ਮੈਂ ਚਮਕੌਰ ਸਾਹਿਬ ਜਾ ਕੇ MLA ਬਣ ਗਿਆ, ਉੱਥੇ ਵੀ ਮੇਰੇ ਖਿਲਾਫ ਇਹੀ ਰੌਲਾ ਪੈਂਦਾ ਸੀ ਵੀ ਇਹਨੇ ਕਿਹੜੇ ਉਰੇ ਰਹਿਣਾ ਜੀ, ਉਰੇ ਤਾਂ ਹੈ ਹੀ ਨਹੀਂ, ਪਰ ਲੋਕਾਂ ਨੇ ਮੈਨੂੰ ਉੱਥੇ 3 ਵਾਰ MLA ਬਣਾਇਆ ਅਤੇ ਮੈਂ ਮੰਡੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰ ਰਿਹਾ। ਹੁਣ ਤੁਸੀਂ ਇੱਥੇ ਮੈਨੂੰ ਗੋਦ ਲੈ ਲੈਣਾ, ਲੈਣਾ ਤਾਂ 2.5 ਸਾਲ ਪਹਿਲਾਂ ਸੀ,
ਪਰ ਹੁਣ ਫਿਰ ਮੈਂ ਤੁਹਾਡੇ ਕੋਲ ਹੀ ਰਹਿਣਾ ਅਤੇ ਇੱਥੇ ਆਪਾਂ ਮਿਲ ਕੇ ਕੰਮ ਕਰਨੇ।